ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਐਲਾਨਣ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਤਾਂ ਉਸ ਵੇਲੇ ਅਕਾਲੀ ਦਲ ਦੀ ਕੈਬਨਿਟ ਚ ਜਿਹੜੇ ਵਜ਼ੀਰ ਰਹੇ ਨੇ, ਚਾਹੇ ਡਾਕਟਰ ਦਲਜੀਤ ਚੀਮਾ ਹੋਣ ਜਾਂ ਫਿਰ ਹੋਰ ਹੋਣ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਨੇ। ਮੇਰੇ ਨਾਲ ਬੀਬੀ ਜਗੀਰ ਕੌਰ ਨੇ। ਬੀਬੀ ਜੀ, ਕਿਵੇਂ ਦੇਖਦੇ ਹੋ ਅੱਜ ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਚੀਮਾ ਸਮੇਤ ਕਈ ਸਾਰੇ ਲੀਡਰ ਪੇਸ਼ ਹੋਏ ਨੇ? ਦੇਖੋ, ਡਾਕਟਰ ਚੀਮੇ ਦਾ ਜਾਣਾ ਬੰਦਾ ਸੀ ਕਿਉਂਕਿ ਕਿਹਾ ਗਿਆ 15 ਦਿਨ ਸਪਸ਼ਟੀਕਰਨ ਦੇਣ। ਸ਼ਰਨਜੀਤ ਢਿੱਲੋਂ ਦਾ ਜਾਣਾ ਬੰਦਾ ਸੀ 15 ਦਿਨ ਸਪਸ਼ਟੀਕਰਨ, ਜਾਂ ਹੋਰ ਮੰਤਰੀ ਜਿਹੜੇ ਸੀਗੇ ਉਹਨਾਂ ਜਾਣਾ ਬੰਦਾ ਸੀ। ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਉਦੋਂ ਚਿੱਠੀ ਦੇਣ ਜਾ ਸਕਦਾ ਜਦੋਂ ਸਾਰੇ 15 ਦਿਨਾਂ ਦੇ ਵਿੱਚ ਵਿੱਚ ਸਪਸ਼ਟੀਕਰਨ ਦੇ ਦੇਣਗੇ, ਫਿਰ ਇਹਨੂੰ ਟਾਈਮ ਦਿੱਤਾ ਜਾਏਗਾ। ਅਜੇ ਤੁਸੀਂ ਕਹੋ ਕਿ ਅੱਜ ਹੀ ਜਾ ਕੇ ਉਹਨੇ ਸੁਣਦੇ ਆ ਸਾਰ ਕਿ ਮੈਂ ਜਾ ਕੇ ਮਾਫ਼ੀ ਮੰਗਿਆ ਵਾਂ, ਇਹ ਕੋਈ ਬੱਚਿਆਂ ਵਾਲੀ ਖੇਡ ਹੈ? ਪੰਜ ਸਿੰਘ ਸਾਹਿਬਾਨ ਮੀਟਿੰਗ ਰੱਖਣਗੇ, ਤਰੀਕ ਤੈਅ ਕਰਨਗੇ, ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਟਾਈਮ ਦੇਣਗੇ, ਫਿਰ ਉੱਥੇ ਹਾਜ਼ਰ ਹੋਏਗਾ। ਤੇ ਇਹ ਸਮਝਦੇ ਵੀ ਬਸ ਉਹਨਾਂ ਨੇ ਐਲਾਨ ਕਰਤਾ ਤੇ ਮੈਂ ਜਾ ਕੇ ਮਾਫ਼ੀ ਮੰਗਿਆ ਵਾਂ, ਕੋਈ ਮਰਿਆਦਾ ਹੁੰਦੀ ਹੈ ਪੰਥ ਦੀ? ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਜਿਹੜੀ ਚਿੱਠੀ ਲਿਖੀ ਗਈ, ਜਿਹੜੀ ਅੱਜ ਦਿੱਤੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਮਾਫ਼ੀ ਲਿਖ ਕੇ, ਉਹਨਾਂ ਨੇ ਕਿਹਾ ਕਿ 30 ਤਰੀਕ ਨੂੰ ਤੁਸੀਂ ਜ਼ਿੰਮੇਵਾਰੀ ਲਗਾਈ ਔਰ 31 ਤਰੀਕ ਨੂੰ ਅੱਜ ਹੀ ਮੈਂ ਜਿਹੜਾ ਪੇਸ਼ ਹੋ ਰਿਹਾ ਔਰ ਮੈਂ ਇੱਕ ਨਿਮਾਣਾ ਸਿੱਖ ਹੋ ਕੇ ਇੱਥੇ ਜਿਹੜਾ ਸੀਸ ਝੁਕਾ ਰਿਹਾ ਵਾਂ। ਮੈਂ ਹੁਣ ਇਹਦੇ ਬਾਰੇ ਕੀ ਕਹਿ ਸਕਦੀ ਤੂੰ? ਜਿਹਨੂੰ ਪੰਥਕ ਮਰਿਆਦਾ ਦਾ ਹੀ ਨੀ ਪਤਾ, ਜਿਹਨੂੰ ਇਹ ਹੀ ਨੀ ਪਤਾ ਕਿ ਮੈਂ ਚਿੱਠੀ ਦੇਣੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਟਾਈਮ ਦੇਣਾ ਫਿਰ ਮੈਂ ਜਾਣਾ। ਹੁਣ ਇਹ ਥੋੜੋ ਕਿ ਮੈਂ ਆ ਗਿਆ ਮੈਂ, ਮੈਨੂੰ ਮਾਫ਼ ਕਰ ਦਿਓ, ਇਹ ਤਾਂ ਭਾਵੇਂ ਰੋਜ਼ ਬਹਿ ਜਾ ਕਰੇ ਜਾ ਕੇ। ਤੁਸੀਂ ਦੇਖਿਆ ਸੀ ਸੁੱਚਾ ਸਿੰਘ ਲੰਗਾਹਾ 2 ਸਾਲ ਬਹਿੰਦਾ ਰਿਹਾ ਉੱਥੇ, ਸੁਖਮਨੀ ਸਾਹਿਬ ਦੇ ਪਾਠ ਕਰਦਾ ਰਿਹਾ, ਟਾਈਮ ਮੰਗਦਾ ਸੀ ਨਹੀਂ ਮਿਲਦਾ ਸੀ, ਟਾਈਮ ਮੰਗਦਾ ਸੀ ਨਹੀਂ ਮਿਲਦਾ ਸੀ, 2 ਸਾਲ ਬਾਅਦ ਕਿਤੇ ਜਾ ਕੇ ਉਹਨੂੰ ਟਾਈਮ ਮਿਲਿਆ ਸੀ, ਫਿਰ ਉਹ ਪੇਸ਼ ਹੋਇਆ ਸੀ। ਇਸ ਤਰ੍ਹਾਂ ਇੰਨਾ ਹੋਣੀ। ਡਾਕਟਰ ਚੀਮਾ ਕਹਿ ਰਹੇ, ਕਹਿੰਦੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮੋ ਨੇ, ਜਿਹੜੇ ਉਹਨਾਂ ਦੇ ਫੈਸਲੇ ਨੂੰ ਜਾਂ ਉਹਨਾਂ ਦੀ ਮਰਿਆਦਾ ਨੂੰ ਕਿੰਤੂ ਪਰੰਤੂ ਕਰ ਰਹੇ ਨੇ, ਉਹ ਆਪਣੇ ਆਪ ਨੂੰ ਸੁਪਰੀਮੋ ਸਮਝਦੇ ਨੇ, ਉਹ ਆਪਣੇ ਆਪ ਨੂੰ ਉਹਨਾਂ ਤੋਂ ਉੱਤੇ ਸਮਝਦੇ ਨੇ? ਕੋਈ ਕਿੰਤੂ ਨਹੀਂ ਕਰਦੇ, ਅਸੀਂ ਤੇ ਵੈਲਕਮ ਕੀਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ, ਜੋ ਸਿਧਾਂਤਕ ਤੌਰ ਤੇ ਹੋਇਆ ਠੀਕ ਹੋਇਆ, ਪੰਥਕ ਮਰਿਆਦਾ ਤੇ ਸਿੱਖ ਸਿਧਾਂਤਾਂ ਨੂੰ ਉਹਨਾਂ ਪਾਲਣਾ ਕੀਤੀ, ਅਸੀਂ ਤੇ ਬਹੁਤ ਸਕੂਨ ਮਹਿਸੂਸ ਕਰਦੇ ਹਾਂ ਕਿ ਜਿਹੜੀ ਸਾਡੇ ਕੌਮ ਦੇ ਵਿੱਚ ਦੁਬਧਾ ਪਈ ਹੋਈ ਸੀ ਉਹ ਕਿਤੇ ਨਿਕਲ ਜਾ ਰਹੀ, ਪਰ ਇਹ ਇਸ ਤਰ੍ਹਾਂ ਦੀਆਂ ਗਲਤੀਆਂ ਕਰਕੇ ਫੇਰ ਵਗਿਆ ਕਰਦੇ। ਜੋ ਤਨਖਾਹੀਆਂ ਐਲਾਨਿਆ ਜਾਂਦਾ ਉਸ ਤੋਂ ਬਾਅਦ ਕਿਸ ਤਰੀਕੇ ਦੀ ਸਜ਼ਾ ਹੋ ਸਕਦੀ ਹੈ, ਕੀ ਕੁਝ ਹੋ ਸਕਦਾ? ਜਿਹੜਾ ਤਨਖਾਹੀਆਂ ਐਲਾਨਿਆ ਜਾਂਦਾ ਇਮੀ ਉਹ ਕਿਸੇ ਪਾਵਰ ਦੀ ਕੁਰਸੀ ਤੇ ਨਹੀਂ ਰਹਿ ਸਕਦਾ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪਦ ਤੇ ਜਾਂ ਤਨਖਾਹੀਆਂ ਨਹੀਂ ਹੋ ਸਕਦਾ, 5 ਮਿੰਟਾਂ ਦੇ ਵਿੱਚ ਇਸ ਨੂੰ ਅਸਤੀਫਾ ਦੇਣਾ ਬਣਦਾ ਹੈ। ਵੈਸੇ ਪੰਥਕ ਤੌਰ ਦੇ ਉੱਤੇ ਅੱਜ ਨਹੀਂ ਹੈਗਾ, ਪ੍ਰਧਾਨ ਨਹੀਂ ਹੈਗਾ, ਕਿਉਂਕਿ ਪੰਥਕ ਸਫਾਵਾਂ ਚੋਂ ਬਾਹਰ ਹੋ ਜਾਂਦਾ ਹੈ। ਗੁਰਦੁਆਰਾ ਸਾਹਿਬ ਚ ਮੱਥਾ ਟੇਕ ਸਕਦਾ, ਲੇਕਿਨ ਗੁਰਦੁਆਰਾ ਸਾਹਿਬ ਚ ਇਸ ਦੀ ਅਰਦਾਸ ਨਹੀਂ ਕੀਤੀ ਜਾ ਸਕਦੀ ਜਦ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਨਹੀਂ। ਡਾਕਟਰ ਚੀਮਾ ਕਹਿੰਦੇ, ਇਹ ਸਵਾਲ ਪੁੱਛਿਆ ਗਿਆ ਉਹਨਾਂ ਨੂੰ, ਉਹ ਕਹਿੰਦੇ ਕਿਉਂਕਿ ਅੱਗੋਂ ਬਾਈ ਇਲੈਕਸ਼ਨ ਆ ਰਹੀਆਂ ਨੇ ਔਰ ਇੱਕ ਪੂਰਾ ਪ੍ਰੋਸੈਸ ਹੁੰਦਾ ਵੈ, ਤਾਂ ਸਾਰੀਆਂ ਪਾਵਰਾਂ ਡਾਕਟਰ ਜਿਹੜਾ ਬਲਵਿੰਦਰ ਹੋਰਾਂ ਨੂੰ ਦੇ ਦਿੱਤੀਆਂ ਨੇ? ਮੈਂ ਡਾਕਟਰ ਚੀਮੇ ਦਾ ਜਵਾਬ ਨਹੀਂ ਦੇਣਾ, ਫਜ਼ੂਲ ਗੱਲਾਂ ਦੇ ਜਵਾਬ ਕਿਉਂ ਦੇਵਾਂ ਜੀ? ਤੁਸੀਂ ਕਦੋਂ ਪੇਸ਼ ਹੋ ਰਹੇ ਹੋ, ਤੁਹਾਡੇ ਸਾਥੀ ਕਦੋਂ ਪੇਸ਼ ਹੋ ਰਹੇ? ਅਸੀਂ ਵੀ ਜਦੋਂ ਜਿੱਦਾਂ ਜਿੱਦਾਂ ਟਾਈਮ ਲੱਗਿਆ 15 ਦਿਨਾਂ ਦੇ ਵਿੱਚ ਵਿੱਚ ਸਾਰੇ ਪੇਸ਼ ਹੋਣਗੇ।